ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਜਾਣਕਾਰੀ, ਅਤੇ ਨਾਲ ਦੀ ਨਾਲ ਦੇਵਾਂਗੇ ਕਮੈਂਟਾਂ ਦੇ ਜਵਾਬ। ਅਤੇ ਉਸ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਭੈਣ ਭਰਾ ਚੈਨਲ 'ਤੇ ਨਵੇਂ ਆ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਇਟਲੀ ਦੇ ਨਵੀਂ ਅਪਡੇਟ ਪਹੁੰਚ ਸਕੇ ਤੁਹਾਡੇ ਤੱਕ। ਅਤੇ ਇਸ ਦੇ ਨਾਲ ਕਰਦੇ ਹਾਂ ਅੱਜ ਦੀ ਗੱਲਬਾਤ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਨੂਲੇ ਉਸਤੇ ਬਾਰੇ, ਕਿਉਂਕਿ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਹੁਣ ਕਿ ਨੂਲੇ ਉਸਤਿਆਂ ਦਾ ਕੰਮ ਲਗਾਤਾਰ ਚੱਲ ਰਿਹਾ। ਅਤੇ ਕਈ ਮੇਰੇ ਵੀਰਾਂ ਦੇ ਕਮੈਂਟ ਹਜੇ ਵੀ ਆਉਂਦੇ ਕਿ ਸਿਟੀ ਦਾ ਨਾਮ ਲਿਖਿਆ ਹੁੰਦਾ ਕਿ ਇੱਥੋਂ ਸਿਟੀ 'ਚੋਂ ਨਿਕਲ ਰਹੇ ਜਾਂ ਨਹੀਂ। ਅਤੇ ਮੈਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਲਗਭਗ ਇਟਲੀ 'ਚੋਂ ਸਾਰੇ 'ਚੋਂ ਹੀ ਨੂਲੇ ਉਸਤੇ ਨਿਕਲ ਰਹੇ ਨੇ, ਲੇਕਿਨ ਆਪਾਂ ਉਹਨਾਂ ਸਿਟੀਆਂ ਦਾ ਇਨਾਮ ਦੱਸੀ ਦਾ ਜਿਹੜੇ ਸਾਡੇ ਕੋਲ ਪਹੁੰਚਦੀ ਅਪਡੇਟ, ਅਤੇ ਆਪਾਂ ਉਹੀ ਤੁਹਾਨੂੰ ਨਾਲ ਸ਼ੇਅਰ ਕਰੀ ਦੀ। ਅਤੇ ਇਸ ਕਰਕੇ ਜਿਨ੍ਹਾਂ ਦੇ ਸਾਡੇ ਕੋਲ ਅਪਡੇਟ ਨਹੀਂ ਹੁੰਦੀ, ਆਪਾਂ ਤੁਹਾਨੂੰ ਮੈਸੇਜ ਵਿੱਚ ਵੀ ਲਿਖ ਕੇ ਭੇਜ ਦੀਦਾ ਕਿ ਸਾਨੂੰ ਇਹਦੇ ਜਦੋਂ ਵੀ ਅਪਡੇਟ ਆਈ ਤਾਂ ਦੱਸ ਦੂੰਗਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੇ ਅਗਰ ਸਾਡੇ ਕੋਲ ਨਹੀਂ ਅਪਡੇਟ ਆਈ ਤਾਂ ਨਿਕਲ ਨਹੀਂ ਰਹੇ, ਕਿਉਂਕਿ ਆਪਾਂ ਨੂੰ ਵੀ ਸਾਡੇ ਵਰਗੇ ਹੀ ਹੈ ਜਿਹੜੇ ਆਪਣੇ ਵੀਰ ਸਾਨੂੰ ਮੈਸੇਜ ਭੇਜਦੇ ਕਿ ਸਾਡੇ ਪੇਪਰ ਨਿਕਲ ਆਏ। ਅਤੇ ਇਸ ਲਈ ਜਿਹੜੇ ਸਾਨੂੰ ਅਪਡੇਟ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੇਈ ਦੀ ਆ, ਅਤੇ ਗਾਹਾਂ ਵੀ ਜਿਹੜੀ ਸਾਡੇ ਕੋਲ ਅਪਡੇਟ ਪਹੁੰਚੂਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ। ਅਤੇ ਹੁਣ ਗੱਲ ਕਰਦੇ ਹਾਂ 27 ਮਈ ਤੋਂ ਬਾਅਦ ਪੇਪਰ, ਕਿਉਂਕਿ ਇੱਕ ਮੇਰੇ ਵੀਰ ਦਾ ਕਮੈਂਟ ਆਇਆ ਸੀ, ਉਸਨੇ ਪੁੱਛਿਆ ਕਿ 27 ਮਈ ਤੋਂ ਬਾਅਦ ਕਿਆ ਪੇਪਰ ਬੰਦ ਹੋ ਜਾਣੇ ਨਿਕਲਣੇ। ਅਤੇ ਮੈਂ ਉਹਨਾਂ ਵੀਰਾਂ ਨੂੰ ਅਤੇ ਹੋਰ ਵੀ ਵੀਰਾਂ ਦੇ ਕਮੈਂਟ ਹੋ ਸਕਦੇ, ਸਵਾਲ ਹੋ ਸਕਦੇ ਆ, ਅਤੇ ਉਹਨਾਂ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਸਰਕਾਰ ਦੇ ਤੌਰ 'ਤੇ ਸਰਕਾਰ ਨੇ ਆਪਣੇ ਤੌਰ 'ਤੇ ਕਿਹਾ ਸੀਗਾ ਕਿ ਵੱਧ ਤੋਂ ਵੱਧ 60 ਦਿਨ ਦੇ, ਯਾਨੀ 60 ਦਿਨ ਦੇ ਅੰਦਰ ਅੰਦਰ ਨੂਲੇ ਉਸਤੇ ਜਾਰੀ ਕਰਨੇ, ਅਤੇ ਜੇ ਕਿਸੇ ਦੇ 27 ਤਰੀਕ ਨੂੰ ਪੇਪਰ ਕਲਿੱਕ ਹੁੰਦੇ ਤਾਂ ਉਹਦੇ ਹਿਸਾਬ ਨਾਲ 27 ਮਈ ਨੂੰ ਸਮਝ ਲਓ 60 ਦਿਨ ਹੋ ਗਏ। ਇਹਦਾ ਮਤਲਬ ਇਹ ਨਹੀਂ ਕਿ 60 ਦਿਨ ਮਈ 27 ਮਈ ਤੋਂ ਬਾਅਦ ਪੇਪਰ ਨਿਕਲਣੇ ਬੰਦ ਹੋ ਜਾਣੇ, ਪੇਪਰ ਨਿਕਲਦੇ ਰਹਿਣੇ ਆ, ਲੇਕਿਨ ਇਹ ਹੈ ਵੀ ਜਿੱਦਾਂ ਹੁਣ ਜਿਹਨਾਂ ਦੇ ਪੇਪਰਾਂ ਦੇ 'ਚ ਕੋਈ ਕਮੀ ਪੇਸ਼ੀ ਸੀਗੀ ਜਾਂ ਘਾਟ ਵੱਧ ਸੀਗੀ, ਉਹ ਪੇਪਰ ਉਹਨਾਂ ਨੇ ਜਮ੍ਹਾਂ ਕਰਵਾਉਣੇ ਆ, ਜਮ੍ਹਾਂ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਹਫ਼ਤਾ 10 ਦਿਨ 15 ਦਿਨ ਉਹ ਵੀ ਲੱਗ ਸਕਦੇ ਆ। ਅਤੇ ਇਸ ਲਈ ਇਹ ਨਹੀਂ ਹੈਗਾ ਕਿ 27 ਮਈ ਤੋਂ ਬਾਅਦ ਪੇਪਰ ਬੰਦ ਹੋ ਜਾਣੇ। ਹਾਂ, ਇਹ ਹੈਗਾ ਜਿਹੜੇ ਵੀਰ ਵੇਟ ਕਰਨਾ ਚਾਹੁੰਦੇ ਆ ਉਹ ਮਹੀਨਾ ਕੁ ਹੋਰ ਵੇਟ ਕਰ ਲਓ, ਉਸ ਤੋਂ ਬਾਅਦ ਇਹ ਹੈ ਕਿ ਕਿਉਂਕਿ ਜਿਨ੍ਹਾਂ ਦੇ ਹੁਣ ਸਾਨੂੰ ਤਾਂ ਪਤਾ ਨਹੀਂ, ਨਾ ਕਿਸੇ ਨੂੰ ਦੱਸਦੇ ਆ ਕਿ ਤੁਹਾਡੇ ਪੇਪਰ 'ਚ ਕੋਈ ਕਮੀ ਪੇਸ਼ੀ ਸੀ, ਅਸੀਂ ਪੇਪਰ ਜਮ੍ਹਾਂ ਕਰਵਾਏ ਇਸ ਲਈ ਲੇਟ ਹੋ ਗਏ। ਅਤੇ ਇਸ ਕਰਕੇ ਤੁਸੀਂ 1 ਮਹੀਨਾ ਕੁ ਹੋਰ ਵੇਟ ਕਰਕੇ, ਉਸ ਤੋਂ ਬਾਅਦ ਇਹ ਨਹੀਂ ਕਿ ਮੈਂ ਇਹ ਵੀ ਨਹੀਂ ਕਹਿੰਦਾ ਕਿ ਨਿਕਲਣੇ ਬੰਦ ਹੋ ਜਾਣੇ, ਨਿਕਲਣੇ ਬੰਦ ਨਹੀਂ ਹੋਣੇ, ਇਹ ਹੈ ਕਿ ਸਲੋ ਹੋ ਜਾਣਾ, ਜਾਣੀ ਕੰਮ ਸਲੋ ਹੋ ਜਾਂਦਾ ਹੁੰਦਾ। ਅਤੇ ਜੇ ਕੋਟਾ ਪੂਰਾ ਹੋ ਗਿਆ ਫਿਰ ਕਹਿ ਸਕਦੇ ਵੀ ਹੁਣ ਕੋਟਾ ਪੂਰਾ ਹੋ ਗਿਆ, ਹੁਣ ਕੋਈ ਚਾਂਸ ਨਹੀਂ ਹੈਗੇ। ਪਰ ਜਦੋਂ ਤੱਕ ਕੋਟਾ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਤੁਸੀਂ ਵੇਟ ਕਰ ਲਓ, ਕਿਉਂਕਿ ਕੋਟਾ ਹਜੇ ਪੇਪਰ ਨਿਕਲ ਰਹੇ ਆ। ਅਤੇ ਜਿੱਦਾਂ ਹੀ ਸਾਡੇ ਕੋਲ ਕੋਈ ਅਪਡੇਟ ਆਊਂਗੀ ਇਸ ਬਾਰੇ, ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਜੀ ਤੁਹਾਡੇ ਪੇਪਰ ਨਿਕਲਣੇ, ਜਦੋਂ ਕੋਟਾ ਪੂਰਾ ਹੋਗਾ ਤਾਂ ਫਿਰ ਵੀ ਨਹੀਂ ਨਿਕਲਣੇ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਪੇਪਰਾਂ ਦੀ ਕਮੀ ਕਰਕੇ ਤੁਹਾਡੇ ਪੈਂਡਿੰਗ ਪਏ ਹੁੰਦੇ, ਉਹ ਬਾਅਦ ਵਿੱਚ ਵੀ ਨਿਕਲ ਜਾਂਦੇ ਆ, 1 ਮਹੀਨੇ ਬਾਅਦ 2 ਮਹੀਨੇ ਬਾਅਦ ਵੀ ਨਿਕਲ ਜਾਂਦੇ। ਇਸ ਲਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਹੁਣ ਵੇਟ ਕਰਨਾ ਬੰਦ ਕਰ ਦਿਓ, ਲੇਕਿਨ 1 ਮਹੀਨਾ ਹੋਰ ਵੇਟ ਕਰਨ ਤੋਂ ਬਾਅਦ ਫਿਰ ਚਾਂਸ ਘੱਟ ਜਾਂਦੇ ਆ। ਅਤੇ ਹੁਣ ਗੱਲ ਕਰਦੇ ਹਾਂ, ਕਈ ਮੇਰੇ ਵੀਰਾਂ ਦੇ ਕਮੈਂਟ ਆਉਂਦੇ ਆ ਕਿ ਹੋਰ ਕਿੰਨੇ ਚਾਂਸ ਆ ਪੇਪਰ ਨਿਕਲਣ ਦੇ। ਅਤੇ ਮੈਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤਾਂ ਤੁਹਾਡੇ ਪਹਿਲੇ ਟਾਈਮਾਂ ਵਿੱਚ ਕਲਿੱਕ ਹੋਏ ਆ ਤਾਂ ਫਿਰ ਤਾਂ ਚਾਂਸ ਪੂਰੇ ਆ, ਬਾਕੀ ਤੁਹਾਡੀ ਕਿਸਮਤ ਆ ਕਿ ਕਿਸਮਤ ਵਿੱਚ ਅਗਰ ਹੋਇਆ ਤਾਂ ਫਿਰ ਪੇਪਰ ਨਿਕਲ ਜਾਣੇ, ਚਾਹੇ ਤੁਹਾਡੇ 20 ਮਿੰਟ 'ਚ ਵੀ ਕਲਿੱਕ ਨਾ ਹੋਏ ਹੋਣ। ਪਰ ਨਾਲ ਦੀ ਨਾਲ ਗੱਲ ਇਹ ਆ ਕਿ ਅਗਰ ਤੁਹਾਡੇ ਪੇਪਰ ਪੂਰੇ ਆ, ਤੁਹਾਡੇ ਮਾਲਕ ਵੱਲੋਂ ਕੋਈ ਕਮੀ ਨਹੀਂ ਹੈਗੀ ਅਤੇ ਟਾਈਮ ਵੀ ਸਹੀ ਆ, ਫਿਰ ਚਾਂਸ ਬਹੁਤ ਹੁੰਦੇ ਜ਼ਿਆਦਾ ਪੇਪਰ ਨਿਕਲਣ ਦੇ। ਪਰ ਇਸ ਦੇ ਨਾਲ ਇਹ ਵੀ ਆ ਕਿ ਜਿਹੜੇ ਬਾਅਦ ਦੇ ਪੇਪਰ ਵੀ ਭਰੇ ਵੀ, ਜਿਨ੍ਹਾਂ ਨੇ ਲੇਟ ਵੀ ਭਰੇ ਵੇ, ਜੇ ਉਹਨਾਂ ਦੀ ਕਿਸਮਤ ਵਿੱਚ ਵੀ ਹੋਵੇ ਤਾਂ ਕਈ ਵਾਰੀ ਉਹ ਵੀ ਨਿਕਲ ਜਾਂਦੇ ਆ। ਅਤੇ ਇਸ ਕਰਕੇ ਜਦੋਂ ਤੱਕ ਕੋਟਾ ਫੁੱਲ ਨਹੀਂ ਹੁੰਦਾ ਉਦੋਂ ਤੱਕ ਵੇਟ ਕਰ ਲਓ, ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਉਹੀ ਪੇਪਰ ਨਿਕਲਣੇ ਜਿਨ੍ਹਾਂ ਦੇ ਕੋਈ ਪੇਪਰਾਂ 'ਚ ਕਮੀ ਸੀਗੀ ਅਤੇ ਉਹ ਪੇਪਰ ਲੇਟ ਹੋ ਗਏ ਸੀ ਤਾਂ ਉਹ ਰਹਿ ਜਾਣੇ ਆ। ਅਤੇ ਉਸ ਤੋਂ ਬਾਅਦ ਫਿਰ ਚਾਂਸ ਘੱਟ ਜਾਂਦੇ ਆ। ਅਤੇ ਉਸ ਤੋਂ ਬਾਅਦ ਫਿਰ 6 ਮਹੀਨੇ ਜਾਂ ਸਾਲ ਵਿੱਚ ਕਿਸੇ ਦਾ ਨਿਕਲਿਆ ਤਾਂ ਨਿਕਲਿਆ, ਫਿਰ ਇਹ ਆ ਵੀ ਚਾਂਸ ਘੱਟ ਜਾਣੇ ਬਸ। ਪਰ ਜੇਕਰ ਜਿਵੇਂ ਕਿ ਖੇਤੀਬਾੜੀ ਮੰਤਰੀ ਨੇ ਪਾਰਲੀਮੈਂਟ 'ਚ ਬਿਆਨ ਦਿੱਤਾ ਸੀ ਕਿ ਅਗਰ ਕੋਟਾ ਵਧਾਵਾਂਗੇ ਅਤੇ ਇਸ 'ਤੇ ਕਾਰਵਾਈ ਆਪਾਂ ਸ਼ੁਰੂ ਕਰ ਦਿੱਤੀ ਹੈ, ਅਗਰ ਕੋਟਾ ਵੱਧ ਜਾਂਦਾ ਹੈ ਫਿਰ ਮੇਰੇ ਸਾਰੇ ਵੀਰ ਭੈਣ ਭਰਾਵਾਂ ਦੇ ਨੂਲੇ ਉਸ 'ਤੇ ਜਾਰੀ ਹੋ ਜਾਣੇ ਆ, ਅਤੇ ਇਸ ਲਈ ਜੇਕਰ ਤੁਹਾਡਾ ਕੋਟੇ ਵਿੱਚ ਨਾਮ ਨਹੀਂ ਆਉਂਦਾ ਤਾਂ ਫਿਰ ਅਗਲੇ ਕੋਟੇ ਦੀ ਵੇਟ ਕਰ ਲਿਓ, ਅਤੇ ਫਿਰ ਪੂਰੇ ਚਾਂਸ ਆ ਪੇਪਰ ਪੂਰੇ ਨਿਕਲ ਸਕਦੇ ਸਾਰਿਆਂ ਦੇ। ਅਤੇ ਹੁਣ ਗੱਲ ਕਰਦੇ ਕਿ ਕਿਹੜੀ ਕਿਹੜੀ ਸਿਟੀ ਵਿੱਚੋਂ ਨੂਲੇ ਉਸ 'ਤੇ ਜਾਰੀ ਹੋਏ ਆ, ਅਤੇ ਲਗਭਗ ਸਾਰੀਆਂ ਸਿਟੀਆਂ 'ਚੋਂ ਨੂਲੇ ਉਸ 'ਤੇ ਜਾਰੀ ਹੋਏ ਆ। ਅਤੇ ਲੇਕਿਨ ਪਰ ਮੈਂ ਉਹਨਾਂ ਸਿਟੀਆਂ ਦਾ ਇਨਾਮ ਦੱਸੂੰਗਾ ਜਿਹੜੀਆਂ ਸਿਟੀਆਂ ਦੇ ਸਾਡੇ ਕੋਲ ਨੂਲੇ ਉਸ 'ਤੇ ਆਏ ਸੀ ਜਾਂ ਅਪਡੇਟ ਆਈ ਸੀ ਕਿ ਇਹਨਾਂ ਵਿੱਚੋਂ ਸਾਡੇ ਨੂਲੇ ਉਸ 'ਤੇ ਜਾਰੀ ਹੋਏ ਆ, ਅਤੇ ਉਹਨਾਂ ਦਾ ਇਨਾਮ ਦੱਸੂੰਗਾ। ਅਤੇ ਇਹਨਾਂ ਵਿੱਚੋਂ ਤੁਸੀਂ ਦੇਖ ਲਿਓ
ਕਿ ਤੁਹਾਡੇ ਸਿਟੀ ਦਾ ਕੋਈ ਨਾਮ ਹੈਗਾ ਅਤੇ ਉਸ ਸਭ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਸਿਟੀਆਂ ਦੇ ਨਾਮ ਹੈਗੇ। ਸਭ ਤੋਂ ਪਹਿਲਾ ਨਾਮ ਹੈਗਾ ਕਸੈਰਤਾ, ਵਰੋਨਾ, ਪਿਸਕਾਰਾ, ਪਚੈਂਸਾ, ਤਰਵੀਸੋ, ਨਾਪੋਲੀ, ਸਲੈਰਨੋ, ਬੈਲਗਮੋ, ਲਤੀਨਾ, ਬਰੇਸ਼ੀਆ, ਰੋਮ, ਮਾਨਤੋਵਾ, ਰਾਰਾ, ਕੇਤੀ, ਬਾਰੀ, ਰਬੂਸਾ, ਫੋਜਾ, ਕੌਨਸੈਸਾ, ਮਿਲਾਨ, ਲੋਧੀ, ਤਰੈਂਤੋ, ਬਲੋਨੀਆ ਅਤੇ ਕਰਮੇਨਾ। ਇਹ ਸਿਟੀਆਂ ਉਹ ਸਿਟੀਆਂ ਦੇ ਨਾਮ ਮੈਂ ਦੱਸ ਰਿਹਾ ਜਿਹੜੀਆਂ ਸਿਟੀਆਂ ਦੇ ਸਾਡੇ ਕੋਲ ਨੂਲੇ ਉਸ 'ਤੇ ਪਹੁੰਚੇ ਸੀ ਜਾਂ ਸਾਡੇ ਕੋਲ ਅਪਡੇਟ ਆਈ ਸੀ। ਅਤੇ ਇਹਨਾਂ ਤੋਂ ਇਲਾਵਾ ਵੀ ਹੋਰ ਸਿਟੀਆਂ ਦੇ ਨਿਕਲੇ ਆ, ਲੇਕਿਨ ਸਾਡੇ ਕੋਲ ਜਿਹੜੇ ਪਹੁੰਚੇ ਮੈਂ ਉਹਨਾਂ ਦਾ ਹੀ ਨਾਮ ਦੱਸਿਆ। ਅਤੇ ਇਸ ਕਰਕੇ ਜੇ ਹੋਰ ਵੀ ਸਾਨੂੰ ਕੋਈ ਨਵੀਂ ਅਪਡੇਟ ਆਉਂਦੀ ਹੈ ਨੂਲੇ ਉਸਤਿਆਂ ਦੀ ਅਤੇ ਕਿਹੜੀ ਸਿਟੀ ਵਿੱਚੋਂ ਨਿਕਲੇ, ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਅਤੇ ਇਹ ਸੀ ਅੱਜ ਦੀ ਜਾਣਕਾਰੀ। ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਧੰਨਵਾਦ।